ਇੰਜਣ ਗੇਅਰ ਦਾ ਸੀਲ ਵੇਟ ਲੱਗੇ ਅਸੀਂ ਇੰਜਣ ਗੇਅਰ ਦਾ ਸੀਲ ਦਾ ਮਿੱਤਰੋ ਇੰਜਣ ਗੇਅਰ ਦਾ ਸੀਲ ਦਾ ਅਤੇ ਇਹ ਟਰੈਕਟਰ ਦੀ ਗੱਲ ਕਰੀਏ ਸੀਲ ਤਾਂ ਇੰਨੀ ਚੰਗੀ ਕੰਡੀਸ਼ਨ ਦਾ ਮਿਲਦਾ ਵੀ ਹੈ ਨਹੀਂ ਇਹ ਮਹਿੰਦਰਾ 255 ਜੀ ਪਿਆ ਅਤੇ ਇੰਜਣ ਦੇ ਪੰਪ ਨਾਲ ਵੀ ਜੇ ਗੱਲ ਕਰੀਏ ਕੋਈ ਛੇੜਛਾੜ ਨਹੀਂ ਹੋਈ ਵੀ ਮੋਬਾਈਲ ਨੰਬਰ ਕਿੰਨਾ ਜੀ 95921 6580 6580 ਇਹ ਵੀਰ ਦਾ ਕੰਟੈਕਟ ਨੰਬਰ ਆ ਸੇਜਰੀ 'ਚ ਆ ਜੀ ਇਹ 21 ਜਰੀ ਅਤੇ ਕੰਟੈਕਟ ਨੰਬਰ ਕਿੰਨਾ ਜੀ ਆਪਣਾ 9876619887 9876619887 ਇੱਕ ਹੋਰ ਕੇਸ ਦੀ ਮਸ਼ੀਨ ਖੜੀ ਆ ਜੀ ਇਹ ਹੈਗਾ ਜੀ ਮਾਡਲ 15 ਅਤੇ ਟਾਇਰ ਇਹਦੇ ਵੀ ਨਵੇਂ ਆ ਬਾਕੀ ਪੋਲੀਆਂ ਪਾਲੀਆਂ ਦੇਖ ਸਕਦੇ ਹੋ ਰੀਪਰ ਹੈਗਾ ਜੀ ਮਾਡਲ 12 ਅਤੇ ਡਿਮਾਂਡ ਵੀਰ ਨੇ ਰੱਖੀ ਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 'ਤੇ ਸਾਰਿਆਂ ਦਾ ਅਤੇ ਆਪਾਂ ਖੜਿਆ ਮਿੱਤਰੋ ਮੋਗਾ ਟਰੈਕਟਰ ਮੰਡੀ 'ਤੇ ਅਤੇ ਇਹ ਮੰਡੀ ਹਰ ਐਤਵਾਰ ਵਾਲੇ ਦਿਨ ਲੱਗਦੀ ਆ ਅਤੇ ਅੱਜ ਤੁਹਾਨੂੰ ਦਿਖਾਵਾਂਗੇ ਇਕੱਲੇ ਇਕੱਲੇ ਟਰੈਕਟਰ ਦਾ ਰੇਟ ਟਰੈਕਟਰ ਦੀ ਕੰਡੀਸ਼ਨ ਕਿਵੇਂ ਆ ਅਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਇਹ ਮੰਡੀ ਮਿੱਤਰੋ ਜਦੋਂ ਤੁਸੀਂ ਮੋਗੇ ਤੋਂ ਅੰਮ੍ਰਿਤਸਰ ਵਾਲੇ ਰੋਡ ਦੇ ਉੱਤੇ ਆਓਗੇ ਬੁੱਗੀਪੁਰਾ ਚੌਂਕ ਦੇ ਵਿੱਚ ਪੁਲ ਦੇ ਨਾਲ ਲੱਗਦੀ ਆ ਹਰ ਐਤਵਾਰ ਵਾਲੇ ਦਿਨ ਅਤੇ ਹੁਣ ਕਰਨ ਲੱਗੇ ਜੀ ਵੀਡੀਓ ਸਟਾਰਟ ਅਤੇ ਆਹ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਸੋਨਾਲੀਕਾ 55 HP ਦੇ ਵਿੱਚ ਆ ਜੀ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਇੰਜਨ ਉਂਜਨ ਜਮ੍ਹਾਂ ਸੁੱਕਾ ਪਿਆ ਅਤੇ ਇਹ ਮਰੂਤੀ ਪੈਡਲਾਂ ਦੇ ਵਿੱਚ ਆ ਸਾਈਡ ਗੇਰਾ ਅਤੇ ਕੰਡੀਸ਼ਨ ਦੇਖ ਸਕਦੇ ਹੋ ਮਿੱਤਰੋ ਜਮ੍ਹਾਂ ਓਕੇ ਪਈ ਆ ਟਰੈਕਟਰ ਦੀ ਅਤੇ ਨਾਲ ਦਾ ਜਿਹੜੇ ਵੀਰ ਵੀਡੀਓ ਦੇਖੀ ਜਾਂਦੇ ਆ ਸ਼ੇਅਰ ਜ਼ਰੂਰ ਕਰ ਦਿਓ ਇਹ ਮਾਡਲ ਹੈਗਾ ਜੀ 2004 2,18,000 ਵੀਰਾਂ ਨੇ ਡਿਮਾਂਡ ਰੱਖੀ ਆ ਬਾਕੀ ਰੇਟ ਮਿੱਤਰੋ ਤੁਹਾਨੂੰ ਪਤਾ ਮੌਕੇ ਦਾ ਅਤੇ ਹੁਣ ਤੁਹਾਡੇ ਵਾਸਤੇ ਲੈ ਕੇ ਆਏ ਪੂਰੇ ਕੰਮ ਦੀ ਚੀਜ਼ ਆ ਅਤੇ ਇਹ ਚੀਜ਼ਾਂ ਦਾ ਜਿਵੇਂ ਕਹਿੰਦੀ ਹੁਣ ਦੌਰ ਆਉਣ ਵਾਲਾ ਮਿੱਤਰੋ KS ਦਾ ਰੀਪਰ ਖੜਾ ਦੇਖ ਸਕਦੇ ਹੋ ਮਿੱਤਰੋ KS ਦਾ ਰੀਪਰ ਆ ਜੀ ਕੰਡੀਸ਼ਨ ਟਾਇਰ ਟੂਰ ਚੰਗੇ ਪਏ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਰੀਪਰ ਦੀ ਬਾਕੀ ਇਹ ਰੀਪਰ ਹੈਗਾ ਜੀ ਮਾਡਲ 12 ਅਤੇ ਡਿਮਾਂਡ ਵੀਰ ਨੇ ਰੱਖੀ ਆ 1,25,000 ਰੁਪਇਆ ਅਤੇ ਕਰੋਸ ਕਰੂਜ਼ ਸਾਰਾ ਨਾਲ ਹੀ ਦੇ ਰਿਹਾ ਵੀਰ ਅਤੇ ਉਦੋਂ ਅੱਗੇ ਇੱਕ ਹੋਰ KS ਦੀ ਮਸ਼ੀਨ ਖੜੀ ਆ ਜੀ ਇਹ ਹੈਗਾ ਜੀ ਮਾਡਲ 15 ਅਤੇ ਟਾਇਰ ਇਹਦੇ ਵੀ ਨਵੇਂ ਆ ਬਾਕੀ ਪੋਲੀਆਂ ਪਾਲੀਆਂ ਦੇਖ ਸਕਦੇ ਹੋ ਪੂਰੀ ਓਕੇ ਮਸ਼ੀਨ ਆ ਜੀ ਇਹ ਮਾਡਲ 15 ਅਤੇ ਇਹ ਮਸ਼ੀਨ ਦੀ ਡਿਮਾਂਡ ਵੀਰ ਨੇ ਰੱਖੀ ਆ ਜੀ 1,40,000 ਰੁਪਇਆ ਬਾਕੀ ਫਰੰਟ ਤੋਂ ਦੇਖ ਸਕਦੇ ਹੋ ਤੁਸੀਂ ਇਹ KS ਮਸ਼ੀਨਾਂ ਆ ਗਈਆਂ ਜੀ ਦੋ ਮਸ਼ੀਨਾਂ ਨੇ ਅਤੇ ਉਹ ਟਰੈਕਟਰ ਦਾ ਰੇਟ ਵੀ ਦੱਸਦਾ ਉਦੋਂ ਅੱਗੇ ਹੈਗਾ ਜੀ ਅਰਜਣਾ ਨੋਵੋ 605 DI 17 ਮਾਡਲ ਦੇ ਵਿੱਚ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਟਰੈਕਟਰ ਦੀ ਬੈਟਰੀ ਮੋਟਰੀ ਜਮ੍ਹਾਂ ਨਵੀਂ ਆ ਟਰੈਕਟਰ ਦੇ ਰੱਖੀ ਵੀਰਾਂ ਨੇ ਅਤੇ ਇਹ ਟਰੈਕਟਰ ਮਾਡਲ ਹੈਗਾ ਜੀ 17 ਅਤੇ ਡਿਮਾਂਡ ਵੀਰ ਨੇ ਰੱਖੀ ਆ 5,00,000 ਰੁਪਇਆ ਫੋਰ ਵੀਲ ਡਰਾਈਵ ਦੇ ਵਿੱਚ ਆ PV29 ਮੋਗੇ ਦਾ ਨੰਬਰ ਆ ਜੀ ਟਰੈਕਟਰ ਦਾ ਜੀ ਮਿੱਤਰੋ ਅੱਗੇ ਲੈ ਕੇ ਆ ਤੁਹਾਡੇ ਵਾਸਤੇ ਮੈਸੀ 9,000 ਕੰਡੀਸ਼ਨ ਜਮ੍ਹਾਂ ਓਕੇ ਆ ਮਿੱਤਰੋ ਦੇਖ ਸਕਦੇ ਹੋ ਟਾਇਰ ਟੂਰ ਪੂਰੇ ਨਵੇਂ ਪਏ ਨੇ ਟਰੈਕਟਰ ਦੇ ਅਤੇ ਇਹ ਟਰੈਕਟਰ ਮਾਡਲ ਹੈਗਾ ਜੀ 11 ਅਤੇ ਡਿਮਾਂਡ ਵੀ ਜਿੰਨੇ ਰੱਖੀ ਆ 3,55,000 ਰੁਪਇਆ ਅਤੇ ਇੰਜਣ ਗੇਅਰ ਓਕੇ ਟਰੈਕਟਰ ਦਾ ਓਕੇ ਕਾਗਜ਼ ਪੱਤਰ ਓਕੇ ਨੰਬਰ ਕਿੱਥੋਂ ਦਾ ਨੰਬਰ PV23 ਫਤਿਹਗੜ੍ਹ ਸਾਹਿਬ ਠੀਕ ਆ PV23 ਨੰਬਰ ਆ ਟਰੈਕਟਰ ਦਾ ਅਤੇ ਪਿੰਡ ਕਿਹੜਾ ਆਪਣਾ ਬੁੱਗੀਪੁਰਾ ਜੀ ਬੁੱਗੀਪੁਰਾ ਮਤਲਬ ਮੋਗੇ ਦੇ ਨਾਲ ਹੀ ਆ ਹਾਂ ਬਿਲਕੁਲ ਨਾਲ ਅਤੇ ਕੰਟੈਕਟ ਨੰਬਰ ਕਿੰਨਾ ਜੀ ਆਪਣਾ 9876619887 9876619887 ਮਿੱਤਰੋ ਟਰੈਕਟਰ ਕੰਡੀਸ਼ਨ ਓਕੇ ਆ 11 ਮਾਡਲ ਆ 3,55,000 ਡਿਮਾਂਡ ਆ ਬਾਕੀ ਰੇਟ ਮੌਕੇ ਦਾ ਫੋਨ ਕਰਕੇ ਆ ਜਾਓ ਬਾਈ ਕੋਲ ਠੀਕ ਆ 52,4 ਵੀ ਆਪਣੀਆਂ ਆ 52,4 ਵੀ ਬਾਈ ਦੀ ਆ ਇਹਦਾ ਵੀ ਕਾਗਜ਼ ਪੱਤਰ ਜਮ੍ਹਾਂ ਓਕੇ ਆ ਜੀ ਓਕੇ ਆ ਕਾਗਜ਼ ਪੱਤਰ ਜੀ ਜੌਂਡੀਅਰ 52,4 ਨੰਬਰ ਪੰਜਾਬ ਹੈ ਵੀ ਪੰਜਾਬ ਨੰਬਰ ਆ 10 ਮਾਡਲ ਆ 4,22,000 ਡਿਮਾਂਡ ਆ ਅਤੇ ਬੈਕ ਟਾਇਰ ਜਮ੍ਹਾਂ ਨਵੇਂ ਲੱਗੇ ਵੇ ਆ JK ਦੇ ਜੀ ਠੀਕ ਹੈ ਵੇਟ ਵੀ ਲੱਗੇ ਵੇ ਆ
ਵੇਟ ਲੱਗੇ ਵੀ ਮਿੱਤਰੋ ਤੁਹਾਨੂੰ ਉੱਥੇ ਵੀ ਕੈਮਰਾ ਮਾਰ ਦਿੰਦੇ ਹਾਂ, ਟਰੈਕਟਰ ਜਮਾਂ ਨਵੇਂ ਪਿਆ ਦੇਖ ਸਕਦੇ ਹੋ ਰੰਗ ਨੂੰ ਕਿਸੇ ਪਾਸੇ ਨਹੀਂ ਹੋਇਆ ਟਰੈਕਟਰ, ਇੰਜਣ ਗੇਅਰ ਦਾ ਸੀਲ ਵੇਟ ਲੱਗੇ, ਅੱਛਾ ਇੰਜਣ ਗੇਅਰ ਦਾ ਸੀਲ ਆ ਮਿੱਤਰੋ, ਇੰਜਣ ਗੇਅਰ ਦਾ ਸੀਲ ਆ ਅਤੇ ਇਹ ਟਰੈਕਟਰ ਦੀ ਗੱਲ ਕਰੀਏ ਸੀਲਡ ਤਾਂ ਇੰਨੀ ਚੰਗੀ ਕੰਡੀਸ਼ਨ ਦਾ ਮਿਲਦਾ ਵੀ ਹੈ ਨਹੀਂ, ਜਿਵੇਂ ਆਪਾਂ ਦੇਖਦੇ ਹਾਂ ਜ਼ਿਆਦਾਤਰ ਆਹ ਚੀਜ਼ਾਂ ਤੋਂ ਰੰਗ ਰੁੰਗ ਲਿਆ ਹੀ ਹੁੰਦਾ ਟਰੈਕਟਰ ਦਾ, ਅਤੇ ਪੂਰੀ ਸਮਾਈ ਚੱਲਿਆ ਵਾ, ਪੂਰਾ ਸਮਾਈ ਪੂਰੀ ਸਮਾਈ 'ਚ ਟਰੈਕਟਰ ਚੱਲਿਆ ਵਾ, 10 ਮਾਡਲ ਆ, 4,22,000 ਡਿਮਾਂਡ ਆ, ਪਿੰਡ ਬਾਈ ਦਾ ਬੁੱਗੀਪੁਰਾ, ਅਤੇ ਨੰਬਰ ਬੋਲਦੀ ਇੱਕ ਵਾਰੀ ਦੁਬਾਰੇ ਬਾਈ, 9876619887, 9876619887 ਵੀਰ ਦਾ ਨੰਬਰ ਆ, ਨਾਮ ਕੀ ਆ ਜੀ ਆਪਣਾ? ਸੁਖਦੇਵ ਸਿੰਘ, ਸੁਖਦੇਵ ਸਿੰਘ ਵੀਰ ਦਾ ਨਾਮ ਆ ਜੀ, 1055 ਠੀਕ ਹੈ, ਕਿਹੜਾ ਜੀ ਆਹ ਸੋਨਾਲੀਕਾ, ਸੋਨਾਲੀਕਾ 55 ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਮਿੱਤਰ, ਉਹ ਵੀ ਵੀਰ ਦੀ ਆ, ਅਤੇ ਆਹ ਮਸ਼ੀਨਾਂ ਜੀਆਂ ਇਹ ਵਿਚਾਲੇ ਜੇ ਉੱਪਰੀਆਂ ਲਾਈ ਬੈਠੇ ਹੋ, ਅਤੇ ਬਾਈ ਨਾਲ ਗੱਲਬਾਤ ਕਰਕੇ ਮਿੱਤਰੋ ਟਰੈਕਟਰ ਲਿਜਾ ਸਕਦੇ ਹੋ। ਅਤੇ ਹੁਣ ਆਪਾਂ ਚੱਲਦੇ ਹਾਂ ਮਿੱਤਰੋ ਅੱਗੇ ਨੂੰ, ਅਤੇ ਅੱਗੇ ਆ ਗਿਆ ਜੀ DI 750 ਸੋਨਾਲੀਕਾ, ਕੰਡੀਸ਼ਨ ਪੂਰੀ ਚੰਗੀ ਪਈ ਆ ਟਰੈਕਟਰ ਦੀ, ਅਤੇ ਬੈਕ ਟਾਇਰਾਂ ਦੀ ਜੇ ਗੱਲ ਕਰੀਏ ਮਿੱਤਰੋ ਇਹਦੇ ਵੀ ਜਮ੍ਹਾਂ ਨਵੇਂ ਨੇ, ਅਤੇ ਗੁੜੀਅਰ ਦੇ ਟਾਇਰ ਲੱਗੇ ਵੇ ਆ, ਮਰੂਤੀ ਪੈਡਲਾਂ ਦੇ ਵਿੱਚ ਆ, 2006 ਮਾਡਲ ਆ, 2,60,000 ਵੀਰਾਂ ਨੇ ਡਿਮਾਂਡ ਰੱਖੀ ਆ। ਬਾਕੀ ਮਿੱਤਰੋ ਟਰੈਕਟਰ ਦੇ ਟਾਇਰਾਂ ਤੋਂ ਲਾ ਕੇ ਬਾਕੀ ਕੰਡੀਸ਼ਨ ਸਾਰੀ ਵੀ ਓਕੇ ਪਈ ਆ ਟਰੈਕਟਰ ਦੀ, ਅਤੇ ਦੱਬ ਕੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਵਾਲਾ ਬਟਨ ਦੱਬੀ ਚੱਲਿਓ, ਕਿਉਂਕਿ ਮਿੱਤਰੋ ਟਰੈਕਟਰ ਲੈਣ ਦਾ ਵੀ ਸੀਜ਼ਨ ਹੀ ਆ ਹੁਣ। ਅੱਗੇ ਆ ਗਏ ਜੀ ਸਵਰਾਜ 735 FE 99 ਮਾਡਲ ਦੇ ਵਿੱਚ ਆ, ਡਿਮਾਂਡ ਵੀ ਇਹਨੇ ਰੱਖੀ ਆ ਜੀ 1,80,000 ਰੁਪਇਆ, ਅਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰੋ ਟਰੈਕਟਰ ਦੀ। ਅਤੇ ਨਾਲ ਆ ਗਿਆ ਮਿੱਤਰੋ RX 60, ਅਤੇ ਟਰੈਕਟਰ ਦੇ ਮਿੱਤਰੋ ਹੁੱਡ ਵਾਲੀ ਛਾਤਰੀ ਲੱਗੀ ਵੀ ਆ, ਬਾਕੀ ਕੰਡੀਸ਼ਨ ਦੇਖ ਸਕਦੇ ਹੋ ਸੋ ਸੂ ਪੂਰੀ ਚੰਗੀ ਪਈ ਆ। ਅਤੇ ਇਹ ਟਰੈਕਟਰ ਦੇ ਆਪਾਂ ਮਿੱਤਰੋ ਮਾਡਲ ਦੀ ਗੱਲ ਕਰੀਏ, 10 ਮਾਡਲ ਆ ਜੀ, 3,66,000 ਵੀ ਨੇ ਡਿਮਾਂਡ ਰੱਖੀ ਆ, ਅਤੇ ਕੰਡੀਸ਼ਨ ਤੁਹਾਨੂੰ ਇੱਕ ਵਾਰ ਇੱਧਰੋਂ ਪੰਪ ਪੁੰਪ ਸਾਰਾ ਕੁਝ ਦਿਖਾ ਦਿੰਦੇ ਹਾਂ, ਅਤੇ ਬਾਕੀ ਟਾਇਰ ਟੂਰ ਦੇਖ ਸਕਦੇ ਹੋ ਮਿੱਤਰੋ, ਚੰਗੀ ਕੰਡੀਸ਼ਨ ਦਾ ਟਰੈਕਟਰ। ਅਤੇ ਉਦੋਂ ਅੱਗੇ ਆ ਗਿਆ ਜੀ ਅਰਜਨ ਨੋਵੋ 605 DI, ਟਰੈਕਟਰ ਪੂਰਾ ਸਾਫ਼ ਅਤੇ ਮਿੱਤਰੋ ਚੰਗਾ ਪਿਆ, ਅਤੇ ਇਹ ਮੰਡੀ ਐਂ ਦੁਬਾਰਾ ਇਹਦੇ ਨਾਲ ਲੱਗਦੀ ਆ ਮਿੱਤਰੋ। ਇੱਕ ਵਾਰ ਫੇਰ ਦੱਸ ਦਿੰਦਾ, ਪੁਲ ਦੇ ਨਾਲ ਜਮ੍ਹਾਂ ਟਰੈਕਟਰ ਤੁਹਾਨੂੰ ਖੜ੍ਹੇ ਦੇ ਜਾਣਗੇ, 2016 ਮਾਡਲ ਆ ਜੀ, 5,70,000 ਵੀ ਨੇ ਡਿਮਾਂਡ ਰੱਖੀ ਆ। ਲੈ ਮਿੱਤਰੋ ਉਦੋਂ ਅੱਗੇ ਆ ਗਿਆ ਜੀ ਨਿਊ ਹੋਲੈਂਡ 3630 PV19 ਬਰਨਾਲੇ ਦਾ ਨੰਬਰ ਆ ਟਰੈਕਟਰ ਦਾ, 15 ਮਾਡਲ ਆ ਜੀ, ਅਤੇ 4,80,000 ਵੀਰਾਂ ਨੇ ਡਿਮਾਂਡ ਰੱਖੀ ਆ। ਟਰੈਕਟਰ ਦੇ ਫਰੰਟ ਟਾਇਰ ਦੇਖ ਸਕਦੇ ਹੋ, ਅਤੇ ਬੈਕ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਚੰਗੇ ਪਏ ਨੇ, ਬਾਕੀ ਇੰਜਨ ਉਂਜਨ ਦੇਖ ਸਕਦੇ ਹੋ ਮਿੱਤਰੋ, ਕਿਸੇ ਪਾਸੇ ਕੋਈ ਲੀਕੇਜ ਨਹੀਂ, ਅਤੇ ਡਾਇਰੈਕਟ ਇਹ ਕਿਸਾਨ ਵੀਰ ਦੇ ਘਰੋਂ ਲੱਗਦਾ ਟਰੈਕਟਰ ਜੀ। 15 ਮਾਡਲ, 4,80,000 ਡਿਮਾਂਡ ਆ, ਅਤੇ ਨਾਲ ਆ ਗਿਆ ਮਿੱਤਰੋ ਮਹਿੰਦਰਾ DI 475, ਟਰੈਕਟਰ ਪੂਰਾ ਚੰਗਾ ਪਿਆ ਮਿੱਤਰੋ, ਇੰਜਨ ਬਿਲਕੁਲ ਸੁੱਕਾ ਪਿਆ, ਜ਼ਿਆਦਾਤਰ ਇਹ ਕੰਡੀਸ਼ਨ ਦੇ ਇਹ ਟਰੈਕਟਰ ਆਪਾਂ ਦੇਖਦੇ ਹਾਂ ਇੰਜਨ ਨਹੀਂ ਲਿਬੜੀ ਹੁੰਦੇ ਆ। 2000 ਮਾਡਲ ਆ ਜੀ, 2,45,000 ਵੀਰਾਂ ਨੇ ਡਿਮਾਂਡ ਰੱਖੀ ਆ। ਬਾਕੀ ਰੇਟ ਤੁਹਾਨੂੰ ਪਤਾ ਮਿੱਤਰੋ, ਇੱਕ ਵਾਰ ਇਹ ਡਿਮਾਂਡ ਆ, ਰੇਟ ਮੌਕੇ ਦਾ ਹੁੰਦਾ, PV ਨੰਬਰ ਦੇ ਵਿੱਚ ਆ ਟਰੈਕਟਰ। ਅਤੇ ਅੱਗੇ ਆ ਗਿਆ ਮਿੱਤਰੋ ਫੋਰਡ 3600, ਅਤੇ ਕੰਡੀਸ਼ਨ ਦੱਸਦੀ ਆ ਟਰੈਕਟਰ ਦੀ ਮਿੱਤਰੋ, ਪੂਰਾ ਸਾਹਮਿਆ ਵਾ ਟਰੈਕਟਰ ਵੀਰ ਦਾ, 96 ਮਾਡਲ ਦੇ ਵਿੱਚ ਆ, 1,20,000 ਡਿਮਾਂਡ ਰੱਖਿਆ ਵੀਰ ਨੇ, 50 ਨੰਬਰ ਆ ਜੀ। ਅਤੇ ਬਾਕੀ ਜ਼ਿਆਦਾਤਰ ਇਹ ਟਰੈਕਟਰ ਆਪਾਂ ਦੇਖਦੇ ਹਾਂ ਮਿੱਤਰੋ, ਆਹ ਜਗ੍ਹਾ ਤੋਂ ਗਲੀ ਮਿਲਣਗੇ ਤੁਹਾਨੂੰ, ਟਰੈਕਟਰ ਪੂਰਾ ਸਾਂਭ ਕੇ ਰੱਖਿਆ ਵਾ ਵੀਰਾਂ ਨੇ, ਅਤੇ ਟਾਇਰ ਟੂਰ ਵੀ ਚੰਗੇ ਪਏ ਟਰੈਕਟਰ ਦੇ। ਅਤੇ ਇਹ ਮਾਡਲ ਹੈਗਾ ਜੀ 96, 1,20,000 ਵੀਰ ਨੇ ਡਿਮਾਂਡ ਰੱਖਿਆ, ਨਾਲ ਆ ਗਿਆ ਮਿੱਤਰੋ ਫਾਰਮ ਟਰੈਕ 50, ਟਾਇਰ ਟੂਰ ਦੇਖ ਸਕਦੇ ਹੋ ਮਿੱਤਰੋ ਪੂਰੇ ਚੰਗੇ ਪਏ ਆ, ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ, 98 ਮਾਡਲ ਆ, 1,40,000 ਵੀਰਾਂ ਨੇ ਡਿਮਾਂਡ ਰੱਖੀ ਆ। ਅਤੇ ਉਦੋਂ ਅੱਗੇ ਆ ਗਿਆ ਮਿੱਤਰੋ ਸਵਰਾਜ 735, ਮਾਡਲ 94 ਆ ਜੀ, ਬੈਕ ਟਾਇਰ ਦੇਖ ਸਕਦੇ ਹੋ ਤੁਸੀਂ ਟਰੈਕਟਰ ਦੇ। ਅਤੇ ਜੇ ਆਪਾਂ ਟਰੈਕਟਰ ਦੇ ਇੰਜਨ ਦੀ ਗੱਲ ਕਰੀਏ ਮਿੱਤਰੋ, ਇੰਜਨ ਦੇਖ ਸਕਦੇ ਹੋ ਸਾਫ਼ ਅਤੇ ਸੁੱਕਾ ਇੰਜਨ ਪਿਆ ਟਰੈਕਟਰ ਦਾ, 94 ਮਾਡਲ ਆ, 1,43,000 ਡਿਮਾਂਡ ਰੱਖੀ ਆ ਵੀਰਾਂ ਨੇ। ਅਤੇ ਅੱਗੇ ਆ ਗਿਆ ਮਿੱਤਰੋ ਮੈਸੀ,
9000 ਤੇ ਇਹਦੇ ਨਾਲ ਦੀ ਤੁਹਾਨੂੰ ਪਹਿਲਾਂ ਦਿਖਾਇਆ ਤੇ ਇਹਦੀ ਸਮਾਈ ਦੀ ਆਪਾਂ ਗੱਲ ਕਰੀਏ ਦੇਖ ਸਕਦੇ ਹੋ ਮਿੱਤਰੋ ਮੈਟ ਮੂਟ ਪੂਰੇ ਵਿਛਾਏ ਬਣੇ ਆ ਮੰਨ ਕੇ ਚੱਲੋ ਕਿਸਾਨ ਵੀਰ ਦਾ ਪੂਰੇ ਸ਼ੌਂਕ ਨਾਲ ਰੱਖਿਆ ਵਾ ਟਰੈਕਟਰ ਅਤੇ ਸਤਰੀ ਸੁਤਰੀ ਲੱਗੀ ਵਾ ਜੀ ਮਿਊਜ਼ਿਕ ਸਿਸਟਮ ਜਿਵੇਂ ਤੁਹਾਨੂੰ ਕੁੱਲ ਮਿਲਾ ਕੇ ਵੀਡੀਓ ਦੇ ਵਿੱਚ ਟਰੈਕਟਰ ਦਿਸੀ ਜਾਂਦਾ ਇਵੇਂ ਇਹਦਾ ਇਵੇਂ ਮਿਲੂਗਾ ਜੀ ਅਤੇ ਬਾਕੀ ਇੰਜਨ ਦੀ ਆਪਾਂ ਗੱਲ ਕਰੀਏ ਦੇਖ ਸਕਦੇ ਹੋ ਮਿੱਤਰੋ ਇੰਜਨ ਦਾ ਰੰਗ ਪੇਂਟ ਸਾਰਾ ਓਰੀਜਨਲ ਪਿਆ ਅਤੇ ਇੰਜਨ ਦੇ ਪੰਪ ਨਾਲ ਵੀ ਜੇ ਗੱਲ ਕਰੀਏ ਕੋਈ ਛੇੜਛਾੜ ਨਹੀਂ ਹੋਈ ਵੀ ਅਤੇ ਟਾਇਰ ਨਵੇਂ ਨੇ ਬੈਕ ਟਾਇਰ ਜਮ੍ਹਾਂ ਫਰੰਟ ਟਾਇਰ ਵੀ ਜਮ੍ਹਾਂ ਨਵੇਂ ਨੇ ਅਤੇ ਮਾਡਲ 13 ਜੀ ਅਤੇ ਕੰਡੀਸ਼ਨ ਟਰੈਕਟਰ ਦੀ ਜੀ 17-18 ਮਾਡਲ ਵਾਲੀ ਹੈ 4,15,000 ਵੀਰ ਨੇ ਡਿਮਾਂਡ ਰੱਖੀ ਆ ਬਾਕੀ ਮੋਗੇ ਮੰਡੀ ਮਿੱਤਰੋ ਹਰ ਐਤਵਾਰ ਵਾਲੇ ਦਿਨ ਲੱਗਦੀ ਹੈ ਜੀ ਅਤੇ ਦੂਜੀ ਸਾਈਡੋਂ ਦੇਖ ਸਕਦੇ ਹੋ ਟਰੈਕਟਰ ਤੁਸੀਂ ਅਤੇ ਨਾਲ ਆ ਗਿਆ ਮਿੱਤਰੋ ਸੋਨ ਵਾਲੀ ਘਾਟੀ ਆ ਜੀ 750 ਜੇ ਟਾਇਰਾਂ ਦੀ ਗੱਲ ਕਰੀਏ ਮਿੱਤਰੋ 4 ਟਾਇਰ 60 ਪੈਸੇ ਪਏ ਨੇ ਟਰੈਕਟਰ ਦੇ ਅਤੇ ਬਾਕੀ ਕੰਮ ਕੁੰਮ ਕਿਰਾਇਆ ਲੱਗਦਾ ਵੀਰ ਦਾ ਸਾਰੇ ਅਤੇ ਇੰਜਨ ਦੇਖ ਸਕਦੇ ਹੋ ਮਿੱਤਰੋ ਜਮ੍ਹਾਂ ਸੁੱਕਾ ਅਤੇ ਸਾਫ਼ ਮਾਡਲ ਹੈਗਾ ਜੀ 2000 ਅਤੇ ਡਿਮਾਂਡ ਰੱਖਿਆ 2,20,000 ਅਤੇ 50 ਨੰਬਰ ਦੇ ਵਿੱਚ ਆ ਟਰੈਕਟਰ ਇਹ ਉਦੋਂ ਆ ਗਿਆ ਮਿੱਤਰੋ ਸਵਰਾਜ 855 94 ਮਾਡਲ ਆ ਜੀ ਡਿਮਾਂਡ ਬਾਈ ਨੇ ਰੱਖੀ ਆ 1,40,000 ਰੁਪਈਆ ਬਾਕੀ ਰੇਟ ਮਿੱਤਰੋ ਤੁਹਾਨੂੰ ਦੱਸਤਾ ਵੀ ਮੌਕੇ ਦਾ 50 ਨੰਬਰ ਹੈ ਟਰੈਕਟਰ 50 ਨੰਬਰ ਦੇ ਵਿੱਚ ਆ ਕਿਹੜਾ ਪਿੰਡ ਆ ਜੀ ਆਪਣਾ ਰੋਡੇ ਮੋਬਾਈਲ ਨੰਬਰ ਕਿੰਨਾ ਜੀ 95-931-65-980 95-937-21 ਕੁੱਲ ਮਿਲਾ ਕੇ ਜੇ ਗੱਲ ਕਰੀਏ ਓਰੀਜਨਲ ਹੀ ਆ ਟਰੈਕਟਰ ਜਿਵੇਂ ਪੰਪ ਵੀ ਆਦਰ ਦੇਖਦੇ ਆ ਬਾਹਰ ਕੱਢਿਆ ਮਿਲੂ ਤੁਹਾਨੂੰ ਤੇ 6 ਝਰੀ ਦੇ ਵਿੱਚ ਵੀਰ ਕਰਾ ਲੈਂਦੇ ਆ ਤੇ ਆਪਾਂ ਉਵੇਂ ਚਲਾਇਆ ਹੁਣ ਤੱਕ ਅਤੇ ਕੰਟੈਕਟ ਨੰਬਰ ਤੁਹਾਨੂੰ ਦੱਸਤਾ ਵੀਰ ਦਾ ਇਹਦੇ ਨਾਲ ਗੱਲਬਾਤ ਕਰਕੇ ਟਰੈਕਟਰ ਲਿਜਾ ਦਿਓ ਅੱਗੇ ਆ ਗਿਆ ਜੀ ਮਹਿੰਦਰਾ 575 ਗਿਆ 90 ਮਾਡਲ ਆ 1,35,000 ਡਿਮਾਂਡ ਆ ਟਰੈਕਟਰ ਦੀ ਅਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ ਅੱਗੇ ਆ ਗਿਆ ਜੀ ਫਾਰਮ ਟਰੈਕ 60 ਅਤੇ ਮਿੱਤਰੋ ਜੇ 60 ਟਰੈਕਟਰ ਦੀ ਗੱਲ ਕਰੀਏ ਤਾਂ ਵੀਰ ਡੈਕੀ ਬੜਾ ਵੱਡਾ ਲਾਈ ਫਿਰਦਾ ਅਤੇ ਬਾਕੀ ਜੂਹ ਵਾਲੀ ਛਾਤਰੀ ਸੁਤਰੀ ਲੱਗੀ ਹੈ ਮਿੱਤਰੋ ਫਾਰਮ ਟਰੈਕ 60 ਟਰੈਕਟਰ ਪੂਰਾ ਸਾਫ਼ ਅਤੇ ਚੰਗਾ ਪਿਆ ਅਤੇ ਇੰਜਨ ਦੇਖ ਸਕਦੇ ਹੋ ਰੰਗ ਪੇਂਟ ਦੇਖ ਸਕਦੇ ਹੋ ਟਰੈਕਟਰ ਦਾ ਮਾਡਲ 2005 ਅਤੇ 2,55,000 ਡਿਮਾਂਡ ਆ ਅਤੇ ਕਹਿੰਦੇ ਏਅਰ ਕਲਿੰਡਰ 'ਤੇ ਵੀ ਬਾਈ ਲਿਖੀ ਬੈਠਾ ਕਹਿੰਦਾ ਡੈੱਕ ਨਹੀਂ ਨਾਲ ਦੇਣਾ ਬਿਨਾਂ ਡੈੱਕ ਤੋਂ ਮਿਲੂਗਾ ਜੀ ਅਤੇ 50 ਨੰਬਰ ਟਰੈਕਟਰ ਅੱਗੇ ਆ ਗਿਆ ਮਿੱਤਰੋ 2005 ਮਾਡਲ ਸਵਰਾਜ 855 3,35,000 ਡਿਮਾਂਡ ਆ ਮਗਲੇ ਟਾਇਰ ਦੀ ਗੱਲ ਕਰੀਏ 80 ਪੈਸੇ ਫਰੰਟ ਟਾਇਰ ਜਮ੍ਹਾਂ ਨਵੇਂ ਨੇ ਅਤੇ ਮਿੱਤਰੋ ਮਹਿੰਦਰਾ 265 DI ਅਤੇ ਜੇ ਤੇਲ ਦੀ ਗੱਲ ਕਰੀਏ ਤੇਲ ਤਾਂ ਕਹਿੰਦੇ ਟਰੈਕਟਰ ਇਹ ਸੌਂਕਦੀ ਆ 94 ਮਾਡਲ ਦੇ ਵਿੱਚ 1,45,000 ਡਿਮਾਂਡ ਆ ਚਿੱਪ ਵਾਲੀ ਕਾਪੀ ਆ ਅਤੇ ਕਹਿੰਦੇ 50 ਨੰਬਰ ਦੇ ਵਿੱਚ ਆ ਟਰੈਕਟਰ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਅੱਗੇ ਆ ਗਿਆ ਜੀ ਸਵਰਾਜ 724 ਮਾਡਲ 92 50 ਨੰਬਰ 1,25,000 ਵੀ ਇਹਨਾਂ ਨੇ ਡਿਮਾਂਡ ਰੱਖੀ ਆ ਟਰੈਕਟਰ ਦੀ ਅਤੇ ਆਹ ਚੀਜ਼ ਆ ਜਿਹੜੀ ਆਹ ਦੱਸੋ ਮਿੱਤਰੋ ਆਪਲੀ ਗੱਲ ਦਾ ਰੰਗ 'ਚ ਕਿਸੇ ਵੀਰ ਨੇ ਟਰੈਕਟਰ ਦੇਖਿਆ ਹੋਣਾ ਇਹ ਆ ਜੀ ਮਹਿੰਦਰਾ 255 ਅਤੇ ਬੈਕ ਟਾਇਰਾਂ ਦੀ ਆਪਾਂ ਗੱਲ ਕਰੀਏ ਮਿੱਤਰੋ ਪੂਰੀ ਚੰਗੇ ਪਏ ਆ 80-85 ਪੈਸੇ ਟਾਇਰ ਪਏ ਆ ਫਰੰਟ ਟਾਇਰ 50 ਕੁ ਪੈਸੇ ਨੇ ਅਤੇ 91 ਮਾਡਲ ਆ 1,25,000 ਵੀਰ ਨੇ ਡਿਮਾਂਡ ਰੱਖੀ ਆ ਅਤੇ ਇਹ ਟਰੈਕਟਰ ਐਂ ਵੀ ਤਾਂ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਵੀ ਕਿਹੜੇ ਕਿਹੜੇ ਵੀਰ ਨੇ ਇਹ 55 ਦਾ ਐਂਟਰ ਪਹਿਲਾਂ ਵੀ ਵੇਖਿਆ ਇਹ ਮਹਿੰਦਰਾ 255 ਜੀ ਅਤੇ ਟਰੈਕਟਰ ਦਾ ਦੇਖ ਸਕਦੇ ਹੋ ਕਲਰ ਸਰਦਈ ਜੇ ਰੰਗ ਦੇ ਵਿੱਚ ਪਹਿਲਾਂ ਜੇ ਆਏ ਸੀ ਇਹ 91 ਮਾਡਲ ਆ ਜੀ ਇਹ ਅੱਗੇ ਆ ਗਿਆ ਜੀ ਫਾਰਮ ਟਰੈਕ 60 ਇਹ ਟਰੈਕਟਰ 97 ਮਾਡਲ ਆ 1,65,000 ਡਿਮਾਂਡ ਆ ਮਿੱਤਰੋ ਅਤੇ 50 ਨੰਬਰ ਦੇ ਵਿੱਚ ਆ ਟਰੈਕਟਰ
ਅਤੇ ਜਿਹੜੇ ਜਿਹੜੇ ਵੀਰ ਮਿੱਤਰੋ ਵੀਡੀਓ ਲਾਸਟ ਤੱਕ ਦੇਖੀ ਆ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ ਪੇਜ ਨੂੰ ਕਰ ਲਓ ਫੋਲੋ, ਅਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਲਾਇਕ ਸ਼ੇਅਰ। ਸੋ ਬਹੁਤ ਬਹੁਤ ਧੰਨਵਾਦ ਜੀ।